عليك يا رسول الله وسلم عليك يا حبيب الله. ਹੋਰ ਕਿਸੇ ਤੋਂ ਡਰਨਾ ਪਾਵੇ, ਹੋਰ ਕਿਸੇ ਤੋਂ ਡਰਨਾ ਪਾਵੇ, ਓਏ ਰੱਖੀ ਦਿਲ ਵਿੱਚ ਡਰ ਪੰਜ ਤਨ ਦਾ ਤੇਨਾ ਮਨਜ਼ੂਰ ਇਬਾਦ ਉਹ ਸਾਰੀ ਉਹ ਨਹੀਂ ਪਿਆਰ ਅਗਰ ਪੰਜ ਤਨ ਦਾ ਆਜ਼ਮ ਉਹਨੂੰ ਅੱਗ ਕਿਉਂ ਸਾੜੇ ਜਿਹਦੇ ਦਿਲ ਵਿੱਚ ਘਰ ਪੰਜ ਤਨ ਆਜ਼ਮ ਨੂੰ ਅੱਗ ਕਿਉਂ ਸਾੜੇ ਉਹ ਜਿਹਦੇ ਦਿਲ ਵਿੱਚ ਘਰ ਪੰਜ ਤਨ ਤੇ ਜਿਹੜਾ ਖਾਤਿਬ ਗੌਸ ਜਲੀਦਾ ਉਹਨੂੰ ਕੋਈ ਵਿਗਾੜ ਨਹੀਂ ਸਕਦਾ ਤੇ ਨਾ ਲੇਵਾ ਜਿਹੜਾ ਹਿੰਦ ਵਲੀਦਾ ਕੋਈ ਲਤਾੜ ਨਹੀਂ ਸਕਦਾ ਤੇ ਜਿਸ ਗੁਲਸ਼ਨ ਨੂੰ ਅਲੀ 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 ਵਸਾਵੇ ਉਜਾੜ ਨਹੀਂ ਸਕਦਾ ਆਦਮ ਜਿਸ ਤਨ ਇਸ਼ਕ ਨਬੀ ਦਾ ਓਏ ਉਹਨੂੰ ਦੋਜ਼ਖ ਸਾੜ ਨਹੀਂ ਸਕਦਾ ਆਦਮ ਜਿਸ ਤਨ ਇਸ਼ਕ ਨਬੀ ਦਾ ਓਏ ਉਹਨੂੰ ਦੋਜ਼ਖ ਸਾੜ ਨਹੀਂ ਸਕਦਾ ਆਜ਼ਮ ਚਿਸ਼ਤੀ
ਫਰਮਾਉਂਦੇ ਨੇ ਜਿਸ ਤਨ ਵਿੱਚ ਨਬੀ ਦਾ ਇਸ਼ਕ ਹੈ ਉਹਨੂੰ ਦੋਜ਼ਖ ਦੀ ਅੱਗ ਨਹੀਂ ਸਾੜ ਸਕਦੀ। ਤੇ ਪੀਰ ਨਸੀਰੁਦੀਨ ਨਸੀਰ ਚਰਾਗੇ ਗੋਲੜਾ ਹਾਏ ਆਪ ਦਾ ਅਕੀਦਾ ਵੇਖੋ, ਆਪ ਅੱਗ ਨੂੰ ਧਮਕੀ ਦੇਣ ਦੇ ਨੇ, ਮੈਨੂੰ ਸਾੜ ਕੇ ਤੇ ਦੇਖ, ਮੈਂ ਹੂੰ ਗਦਾ ਪੂਜਾ ਆਲੇ ਨਬੀ ਨਸੀਰ, ਦੇਖੇ ਤੋ ਮੁਝਕੋ ਨਾਰੇ ਜਹੰਨਮ ਲਗਾ ਕੇ ਹਾਰ, ਆਦਮ ਜਿਸ ਤਨ ਇਸ਼ਕ ਨਬੀ ਦਾ ਉਹਨੂੰ ਦੋਜ਼ਖ ਸਾੜ ਨਹੀਂ ਸਕ, ਉਹਨੂੰ ਦੋਜ਼ਖ ਸਾੜ ਨਹੀਂ ਸਕਦਾ। ਕਤੀਲ ਸਿਫਾਈ ਇੱਕ ਸ਼ਾਇਰ ਹੈ, ਕਤੀਲ ਸਿਫਾਈ ਸਾਹਿਬ, ਅੱਜ ਤੋਂ ਪਹਿਲੇ ਗਾਣੇ ਲਿਖਦਾ ਰਿਹਾ ਵਿਚਾਰਾ, ਲੇਕਿਨ ਜਦੋਂ ਰਸੂਲ ਅੱਲਾ ਦੀ ਮੁਹੱਬਤ ਦਾ ਛੱਟਾ ਵੱਜਿਆ ਨਾ ਦਿਲ ਤੇ ਤੇ ਦਵਾਈਆ ਕਲਮਾਤ ਲਿਖਦੇ, ਆਪ ਫਰਮਾਉਂਦੇ ਨੇ ਕਿ ਕਬ ਕਹਾ ਮੁਝਕੋ ਤਾਜੇ ਸ਼ਾਹੀ ਦੇ ਮੇਰੇ ਮੌਲਾ, ਕਬ ਕਹਾ ਮੁਝਕੋ ਤਾਜੇ ਸ਼ਾਹੀ ਦੇ, ਇਸ਼ਕੇ ਅਹਿਮਦ ਮੁਝੇ ਇਲਾਹੀ ਦੇ, ਇਸ਼ਕੇ ਅਹਿਮਦ ਮੁਝੇ ਇਲਾਹੀ ਦੇ, ਰਹਿ ਕੇ ਦੂਰ ਅੰਦੋਂ ਵੀ ਤੁਝਕੋ ਦੇਖ ਸਕੂੰ, ਮੁਝਕੋ ਮੌਲਾ ਵੋ ਖੁਸ਼ ਨਿਗਾਹੀ ਦੇ, ਮੁਝਕੋ ਮੌਲਾ ਵੋ ਖੁਸ਼ ਨਿਗਾਹੀ ਦੇ। ਔਰ ਤਵੱਜੋ ਨਾਲ ਅੱਜ ਮੇਰੇ ਮੌਜੂਦ ਦਾ ਸ਼ੇਰ ਉਹ ਸੁਣੋ, ਕੌਣ ਹੋ ਮੇਰੇ ਮੌਲਾ, ਕੌਣ ਹੋ ਤੇਰੀ ਜ਼ਾਤ ਕਾ ਮੁਨਕਿਰ, ਅਰੇ ਜਬ ਮੁਹੰਮਦ ਤੇਰੀ ਗਵਾਹੀ ਦੇ, ਅਰੇ ਜਬ ਮੁਹੰਮਦ ਤੇਰੀ ਗਵਾਹੀ ਦੇ, ਜਬ ਮੁਹੰਮਦ ਤੇਰੀ ਗਵਾਹੀ ਦੇ। ਇਹ ਰਵਾਇਤੀ ਨਾਤ ਖਾਨੀ ਨਹੀਂ ਹੈ, ਹੁਣ ਮੈਂ ਤੁਹਾਨੂੰ ਖੁੱਲ ਕੇ ਦੱਸਣ ਲੱਗਾ, ਬੇਸ਼ੱਕ ਮੈਂ ਨਹੀਂ, ਅਸੀਂ ਨਹੀਂ ਪੜ੍ਹਦੇ ਹੁੰਦੇ ਆਵਾਂਗੀ ਹਵਾ ਪੜ੍ਹ ਕੇ ਤੇ ਬੂਹੇ ਬਾਰੀਆਂ ਤੇ ਕੰਧਾਂ ਟੱਪ ਕੇ, ਨਾ ਇਹ ਰਸੂਲ ਅੱਲਾ ਸੱਲੱਲਾਹੁ ਅਲੈਹਿ ਵਸੱਲਮ ਕਾ ਜ਼ਿਕਰ ਹੈ, ਬੇਸ਼ੱਕ ਜੋ ਸ਼ਾਫਾ ਰੋਜ਼ੇ ਜਜ਼ਾ ਹੈ, ਵਾਹ, ਜਿਨ੍ਹਾਂ ਦੇ ਅਬਰੂ ਦੇ ਜੁੰਬਿਸ਼ ਨਾਲ ਤੁਹਾਡੀ ਬਖਸ਼ਿਸ਼ ਹੋਣੀ, ਹਾਏ ਹਾਏ, ਉਮਤੀ ਨੂੰ ਕਹਿਣਗੇ ਚੱਲ ਚੱਲ ਜੰਨਤ ਵਿੱਚ, ਉਸ ਨਬੀ ਕਾ ਜ਼ਿਕਰ ਹੋ ਰਿਹਾ ਹੈ। ਇਹ ਮਕਾਮੇ ਅਦਬ ਹੈ, ਵਾਹ ਵੀ ਵਾਹ, ਜੋ ਫਿਲਮੀ ਤਰਜ਼ੋਂ ਪੇ ਔਰ ਗਾਨੋਂ ਕੀ ਤਰਜ਼ੋਂ ਪੇ ਲੋਗ ਨਾਤ ਪੜ੍ਹਦੇ ਹੋ, ਤੁਸੀਂ ਬੜਾ ਚੁੰਮਦੇ ਹੋ, ਐ ਸਲੂਕ ਜੇ ਨਾਤ ਖਾਨੀ ਦਾ, ਔਰ ਯਹੀ ਮਕਾਮੇ ਮੁਸਤਫਾ ਕੋ ਜਿਸ ਨੇ ਥਾਮੇ ਰੱਖਾ, ਖੁਦਾ ਕੀ ਕਸਮ ਕਿਆਮਤ ਕੇ ਦਿਨ ਤੁਹਾਰੇ ਮਾਥੋਂ ਪੇ ਰੋਸ਼ਨੀ ਹੋਊਗੀ, ਇਹ ਮੇਰਾ ਈਮਾਨ ਹੈ। ਮੈਨੂੰ ਨਹੀਂ ਇਹ ਪੈਸੇ ਪੂਸੇ ਇਹਨੇ ਵਸ ਨਹੀਂ ਆਇਆ, ਰੱਬ ਨੇ ਪਹਿਲੇ ਪੈਸੇ ਦਿੱਤੇ ਨੇ ਫਿਰ ਨਾਤ ਪੜਾਈ, ਬੜਾ ਮਸ਼ਹੂਰ ਜੁਮਲਾ ਮੇਰੇ ਵਾਲਦੇ ਗ੍ਰਾਮੀ ਕਾ ਕਿ ਇੱਜ਼ਤ ਦੌਲਤ ਸ਼ੋਹਰਤ ਮੇਰੇ ਪਾਓਂ ਕੀ ਲੌਂਡੀਆਂ, ਜਾਂ ਜਾਂ ਤੋਂ ਮੇਰੇ ਪਿੱਛੇ ਆਤੀ, ਤੋ ਹਮਨੇ ਉਸਕੋ ਅਕੀਦਾ ਬਣਾਇਆ ਅਲਹਮਦੁਲਿਲਾ, ਕਿ ਹਜ਼ੂਰ ਦੀ ਰਾਹ ਔਰ ਉਹਨਾਂ ਦੇ ਵਸੀਲੇ ਤੋਂ ਮੰਗਣ ਤੋਂ ਕਿਹੜੀ ਸ਼ਾਇ ਹੈ ਜਿਹੜੀ ਨਹੀਂ ਮਿਲੇਗੀ, ਹੈ ਕੋਈ ਬੈਠਾ ਕਵੇ ਨਹੀਂ ਮਿਲਦਾ। ਉਹ ਸ਼ਾਇਰ ਕਹਿੰਦਾ ਕਿ ਔਰ ਜਿਤਨੇ ਵੀ ਸਹਾਰੇ ਹੈ ਸਬਕ ਕਰਤੇ ਹੈ, ਬੰਦਾ ਸਹਾਰਾ ਮੰਗ ਕੇ ਹੌਲਾ ਪੈ ਜਾਂਦਾ, ਦੁਨੀਆਦਾਰ ਕੋ ਹੈ ਯਾਰ 10 ਰੁਪਏ ਦੇਈ, ਤੇਰਾ ਸਵਾਲ ਹੋਣ ਪੂਰਾ ਹੋਣ ਤੋਂ ਪਹਿਲੇ, ਪੂਰਾ ਹੋਵੇ ਜਾਂ ਨਾ ਹੋਵੇ, ਤੁਹਾਡੀ ਅੱਖ ਥੱਲੇ ਹੋ ਜਾਂਦੀ, ਮੈਂ ਇਹਦੇ ਕੋਲ ਮੰਗਿਆ,
शायर कहता है कि और जितने भी सहारे हैं सुबुक करते हैं, इज्जत नफ्स बढ़ाता है सहारा तेरा। हाय 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 हाय, क्या बात है, है? क्या बात है, वाह 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 वाह। वो ऐसी बारगाह है जिथे जिथे वसीले नाल मंगदे हो ते लोकां नूं मैं यार हजूर दी राह मंगिया सी पूरा हो गया, दसदे भी हो कि उन्हां दी राह मंगाई, ऐसी बारगाह। अल्लाह अल्लाह अकबर। जब मोहम्मद तेरी गवाही दे, वाह सही कह, अल्लाह इस चीज पे कादिर था, हमें पैदा करता और पैदा करते साथ ही हम कहते हैं अल्लाह अकबर। उसने ऐसा नहीं किया। ये मैं मौजू की तरफ आ रहा हूँ, समझाए इस वास्ते रहा। कुछ लोग कहते हैं देखो जी वो पिंड थावा जाके उर्दू के शेर डाढ़े शेर पढ़ के चले जाते हैं, लेकिन मेरा ईमान है कि जिक्र जबान कोई भी होवे, जिक्र मेरे महबूब किबरिया सल्लल्लाहु अलैहि वसल्लम दा होवे, वो दिल तक पहुंच जाता है। समझ आवे या ना आवे, इतने जो आ गया है ना, आते हैं वही जिनको सरकार बुलाते हैं। वाह, ते समझाई जावांगा अपने वालों, मैंने आगे दी टुरंगा इंशाल्लाह ताला, तुहानू नाल लै के टुरंगा। जब मोहम्मद तेरी गवाही दे, तो अल्लाह इस चीज में कादर था कि पैदा करते साथ ही हम सब कहते अल्लाह अकबर, लेकिन उसने ऐसा नहीं किया। उसने अपने महबूब की पहचान करवानी थी, उसने अपने महबूब पे आया मुबारक भेजी, कुल हुवल्लाहु अहद, सोनिया तू कह दे कि मैं एक हैं, तेनु सादिक ते अमीन मंदे ने, तू कह दे कि मैं एक हूं, फिर सब निकाल लाओ। जब मोहम्मद तेरी गवाही दे, पीर मेरे लिए क्या साहब, कुन फयकून ता कल दी गले असांगे प्रीत लगाई, मैं तू हरफ निशान ना आहा जदों दित्ती ए मीम गवाही, अरे जब मोहम्मद तेरी गवाही दे, जब मोहम्मद तेरी गवाही। आला हजरत फरमांदे ने के ऐ रजा रजा फैज है अहमद पाक का, वरना हम क्या समझते के खुदा कौन है, अरे जब मोहम्मद तेरी गवाही दे, जब मोहम्मद तेरी गवाही दे। फैसलाबाद के एक शायर ने असीर सोलवी, आप ऐसे जमीन फरमाते ने मोहम्मद तेरी गवाही ते ही गल हो रही है, आप कहते ने कि अलहमद तो लेके वन्नास ती कर तेरे इल्म नू रब्बे अलीम चुम्मा, अलहमद तो लेके वन्नास ती कर तेरे इल्म नू रब्बे अलीम चुम्मा, चुम्मा संगे असवद या गिलाफ काला होवे पहुंचते अरशे अजीम चुम्मा, तेरे नक्श चुम्मा जिथे नजर आवड़ रोदाए दुल्ले यतीम चुम्मा, असी चल पुछिए उलमा कोलो पहला अलफ या पहला मैं मीम चुम्मा, अरे जब मोहम्मद तेरी गवाही दे, जब मोहम्मद तेरी गवाही दे। अपना मयार
زمانے سے جدا رکھتے ہیں، ہم اس اعتقاد پہ اعتماد رکھتے ہیں، کہہ دیں ذرا سبحان اللہ، پھر کہہ دیں سبحان اللہ، ہم اس اعتقاد پر اعتماد رکھتے ہیں۔ توجہ، آپ اس حال میں بیٹھے ہو لیکن حضور میں خبر ہے، توجہ، ہم اس اعتقاد پر اعتماد رکھتے ہیں، حضور اپنے غلاموں کو یاد رکھتے ہیں اور ہم اپنا انداز زمانے سے جدا رکھتے ہیں کہ ہم محبوب ہی محبوب خدا رکھتے ہیں، کہ ہم محبوب ہی محبوب جب محمد تیری گواہی دے۔ اس کا جواب اللہ تعالیٰ نے ایک اور چومسرا عطا فرمایا ان کو اور وہ اس کا جواب بن گیا۔ آپ فرماندے نے کہ جدے فلسفے نو دنیا من دیئے، کہو سبحان اللہ، دیکھنا محفل تانو کتھے لے جائے گی، دل دے کرنا نو، دل دے کرنا نو کھول کے سنو۔ جدے فلسفے نو دنیا من دیئے کیوں نہ اوس دی عقل سلیم چما، او جنے آن کے خلق دا سبق دتا کیوں نہ اوس دی تبا حلیم چما، کرسی عرش تے فرش تے بوریا اے چھڈ کے بوریا عرش عظیم چما، اسیر میم تھی الف دا را ملیا میرا دل کہندا پہلا میم چما، جب محمد تیری گواہی دے، جب محمد تیری گواہی دے، جب محمد تیری گواہی دے، گلے مانی کھلا گلے مانی کھلا جب رحمت للعالمین آئے، گلے مانی کھلا جب رحمت للعالمین آئے، مشیت تھی کہ آخر میں بہار اولی آئے، اور جب محمد تیری گواہی دے، جب محمد تیری گواہی دے، جب اپنے حسن کی، توجہ اس پاس کرو، توجہ سنو، موضوع لے کے چل رہا ہوں اور ادھر ادھر نہیں دیکھ رہا، ادھر ادھر میری طرف دیکھ، جب اپنے حسن کی محفل سجانے کا خیال آیا، جب اپنے حسن کی محفل سجانے کا خیال آیا، چراغ بزم امکان کے جلانے کا خیال آیا، حریم ناز کے پردے اٹھانے کا خیال آیا، خدا کو نور جب اپنا دکھانے کا خیال آیا، تو رخِ احمد کو آئینہ بنانے کا خیال آیا، جب محمد تیری گواہی دے، جب محمد تیری گواہی واہ سید، واہ کیا بات ہے، کیا بات، واہ الف آہد تے احمد وچ نہیں فرق بھلیا، ہائے ہائے ہائے، الف احد تے احمد وچ نہیں، الف احد
ਤੇ ਅਹਿਮਦ ਵਿੱਚ ਨਹੀਂ ਫਰਕ ਬੁਲਿਆ ਬਸ ਇੱਕੋ ਨੀਮ ਮਰੋੜੀ ਦਾ ਅਰੇ ਜਬ ਮੁਹੰਮਦ ਤੇਰੀ ਗਵਾਹੀ ਦੇ رسول ابھی رسول امی خاتم المرسلی تجھ سا کوئی نہیں تجھ سا کوئی نہیں ہے عقیدہ یہ اپنا بس دل کو یقین سونے تجھ سا کوئی نہیں تجھ سا کوئی نہیں اے عقیدہ یہ اپنا دنیا میں اعتراف کے قابل ہیں جتنے لوگ میں سب کو مانتا ہوں مگر کیونکہ تجھ سا کوئی نہیں تجھ سا کوئی نہیں اے رسول دست قدرت نے ایسا بنایا تجھے جملہ آزاد سے خود سجا یا تجھے دست قدرت نے ایسا بنایا تجھے جملہ آزاد سے خود جایا تجھے اے ازل کے حسین اے ابد کے حسین ارے تجھ سا کوئی نہیں تجھ سا کوئی نہیں اے ازل او صبح سن لو اے ازل کے حسین میں اگے گل کیتی ہے کہ پنڈا تھاما جو اردو دی نعت پڑھ کے نس جاندے میں سمجھاواں گا تہاڈی پنجابی نال اردو سمجھاواں گا سبحان اللہ واہ 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 سنو ازل کے حسین ابد کے اس بے مثل نے اپنے حبیب نو وی بے مثل بنا کے وکھا لیا سب تو اول بنایا تے اخیر کلیا آغوش رحمت دے وچ اونوں پالیا سایہ تک نہ جدے وجود دسی اوے تا ویکھیا نہ کدھرے پالیا کیونکہ او سچا تے رب نے توڑ دتا ਜਿਹਦੇ ਵਿੱਚ ਮੁਹੰਮਦ ਨੂੰ ਟਲਿਆ ਹੈ ਅਜ਼ਲ ਕੇ ਹਸੀਨ ਕਬੂ ਸੁਭਾਨ ਅੱਲਾਹ ਹਾ 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 ਵਾਹ 1 ਕਰੋੜ ਰੁਪਿਆ ਹੋਵੇ ਤੇ ਇਹਦੇ ਛੁੱਟ ਦੇ ਹਾਂ ਹਾ ਹਾ ਮੈਨੇ ਆਪਕੋ ਪਹਿਲੇ ਬਤਾਇਆ ਪੈਸੇ ਤੇਲੇ ਕੀ ਅਵਸ਼ ਨਹੀਂ ਇਹ ਆਪਕੀ ਸੁਭਾਨ ਅੱਲਾਹ ਜੋ ਹੈ ਨਾ ਹਾ ਮੇਰੇ ਦਿਲ ਨੂੰ ਰਾਜ਼ੀ ਕਰਤੀ ਮੇਰਾ ਇਸੇ ਪੇਟ ਭਰਤਾ ਹੈ ਵਾਹ ਵਾਹ ਸਹੀ ਹੈ ਵਾਹ ਦਾ ਕਿਸੇ ਮੇਰਾ ਪੇਟ ਕੀ ਬਾਤ ਹੈ ਤੁਸੀਂ ਉਹ ਵੀ ਨਹੀਂ ਕਹਿੰਦੇ
ओ सांचा ते रब ने तोड़ दिता ओ जिदे विच मोहम्मद नू तलिया है ऐ अज़ल के हसी ऐ अबद के हसी तुझसा कोई नहीं तुझसा कोई नहीं ऐ रसूले और बज में कौन है कौन है कौन है बज में कौन है पहले सजाई गई फिर तेरी जात मंजिल पे लाई गई सैयदुल अवली सैयदुल आखरी अरे तुझसा कोई नहीं तुझसा कोई नहीं सैयदुल अवली सब तो अवल हुज़ूर दा नूर बनया लफ्ज़े कुन सी जदों फरमाया गया रख के आलिम गैब दे कोल बरसां ओ महबूब सिखाया पढ़ाया गया ए हनूर रख विच आदम दे मथे हर मलक उसके झुकाया गया अबरोस आख दे गैब नाही ओ जिदे सामने सब कुछ बनाया गया सैयदुल अवली सैयदुल आखरी तुझसा कोई नहीं तुझसा कोई नहीं ऐ रसूले अमीन आखरी काफी के एक दो शेर वादे के मुताबिक पूरे करूंगा साढ़े छह मिनट में मैंने ये नाद